ਪ੍ਰੋਪੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਅਮਦੀਪਜੋਤ ਸਿੰਘ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ। ਜੀਆਂ ਦਾ ਦੇ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਸਟੂਡੈਂਟਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਨ੍ਹਾਂ ਜਿਨ੍ਹਾਂ ਦੇ ਬੱਚੇ ਪੜ੍ਹਨ ਗਏ ਹੋਏ ਨੇ ਅਮਰੀਕਾ ਦੇ ਵਿੱਚ ਜਾਂ ਉੱਥੇ ਆਪਣੀ ਪੜ੍ਹਾਈ ਕਰ ਰਹੇ ਨੇ, ਕੰਮ ਕਰ ਰਹੇ ਨੇ, ਉੱਥੇ ਸੈਟਲ ਹੋਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ, ਤਾਂ ਦੱਸ ਦੇ ਕਿ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ 'ਚ ਭਾਰਤੀ ਸਟੂਡੈਂਟਸ ਲਈ ਟਾਸਕ ਫੋਰਸ ਬਣਾਈ ਗਈ ਹੈ। ਜੀ ਹਾਂ, ਦੱਸ ਦੇ ਕਿ ਇੰਡੀਅਨ ਅੰਬੈਸੀ, ਦੱਸ ਦਈਏ ਕਿ ਭਾਰਤੀ ਦੂਤਾਵਾਸ ਜੋ ਕਿ ਅਮਰੀਕਾ ਦੇ ਵਿੱਚ ਹੈ, ਉਹਨਾਂ ਦੇ ਵੱਲੋਂ ਜਿਹੜਾ ਖਾਸ ਤੌਰ 'ਤੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ, ਕਿਉਂਕਿ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਦੇ ਹਾਂ। ਦਰਅਸਲ ਲਾਸਟ ਜਿਹੜੇ ਮਹੀਨੇ ਰਹੇ ਨੇ ਉਹਨਾਂ ਦੇ ਵਿੱਚ 11 ਕਤਲ ਹੋਏ ਨੇ, 11 ਵਾਰਦਾਤਾਂ ਹੋਈਆਂ ਨੇ ਜਿਸ ਦੇ ਵਿੱਚ ਮੌਤਾਂ ਹੋ ਗਈਆਂ ਨੇ ਭਾਰਤੀ ਸਟੂਡੈਂਟਾਂ ਦੀਆਂ। ਤਾਂ ਦੱਸ ਦਈਏ ਕਿ 11 ਮੌਤਾਂ ਹੋਈਆਂ ਨੇ, ਅਤੇ ਉਸ ਤੋਂ ਬਾਅਦ ਜਿਹੜਾ ਟਾਸਕ ਫੋਰਸ ਬਣਾਈ ਗਈ ਹੈ ਇੰਡੀਅਨ ਅੰਬੈਸੀ ਜੋ ਕਿ ਅਮਰੀਕਾ ਦੇ ਵਿੱਚ ਹੈ, ਤਾਂ ਐਕਸ਼ਨ ਦੇ ਵਿੱਚ ਆਈ ਆ, ਔਰ ਪੂਰੇ ਦਾ ਪੂਰਾ ਦੱਸ ਦਈਏ ਕਿ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਅਤੇ ਖਾਸ ਤੌਰ 'ਤੇ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਜੋ ਭਾਰਤੀ ਸਟੂਡੈਂਟ ਰਹਿ ਰਿਹਾ ਉਹ ਦੇਰ ਰਾਤ ਤੱਕ ਬਾਹਰ ਨਾ ਘੁੰਮੇ। ਅਤੇ ਨਾਲ ਹੀ ਕਿਹਾ ਗਿਆ, ਜੇ ਤੁਸੀਂ ਰਾਤ ਨੂੰ ਬਾਹਰ ਨਿਕਲਣਾ ਤਾਂ ਗਰੁੱਪ ਦੇ ਵਿੱਚ ਆਓ। ਗਰੁੱਪ ਦਾ ਮਤਲਬ ਕਿ 5-7 ਜਾਣੇ ਇਕੱਠੇ ਬਾਹਰ ਨਿਕਲੋ, ਇਕੱਲਾ ਕਹਿਰਾ ਮੁੰਡਾ ਕੁੜੀ ਜਿਹੜਾ ਉਹ ਬਾਹਰ ਨਾ ਨਿਕਲੇ ਅਮਰੀਕਾ ਦੀਆਂ ਸੜਕਾਂ ਦੇ ਉੱਪਰ ਜਾਂ ਸ਼ੱਕੀ ਥਾਵਾਂ ਦੇ ਉੱਪਰ ਜਾਂ ਕੋਈ ਸੁੰਨਸਾਨ ਜਿਹੜੀਆਂ ਥਾਵਾਂ ਹੁੰਦੀਆਂ ਉੱਥੇ ਨਾ ਜਾਵੇ ਤਾਂ ਕਿ ਆਪਣੀ ਜਾਨ ਬਚ ਸਕੇ। ਤਾਂ ਦੱਸ ਦਈ ਕਿ ਪਿਛਲੇ ਦਿਨਾਂ ਦੌਰਾਨ ਅਨੇਕਾਂ ਵਾਰਦਾਤਾਂ ਹੋਈਆਂ, 11 ਕਤਲ ਹੋਏ ਨੇ ਪਿਛਲੇ ਦਿਨਾਂ ਦੌਰਾਨ, ਪਿਛਲੇ ਮਹੀਨਿਆਂ ਦੌਰਾਨ। ਤਾਂ ਦੱਸ ਦਈਏ ਕਿ ਹੁਣ ਲਗਾਤਾਰ ਇੰਡੀਅਨ ਅੰਬੈਸੀ ਇਸ ਮਾਮਲੇ ਦੇ ਉੱਪਰ ਆਪਣੀ ਪੈਣੀ ਨਜ਼ਰ ਰੱਖ ਰਹੀ ਸੀ। ਤਾਂ ਦੱਸ ਦਈਏ ਕਿ ਹੁਣ ਇੰਡੀਅਨ ਅੰਬੈਸੀ ਵੱਲੋਂ, ਭਾਰਤੀ ਦੂਤਾਵਾਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ, ਅਤੇ ਨਾਲ ਹੀ ਕਿਹਾ ਗਿਆ ਕਿ ਜਦੋਂ ਵੀ ਅਮਰੀਕਾ ਦੇ ਵਿੱਚ ਰਾਤ ਨੂੰ ਬਾਹਰ ਨਿਕਲਣਾ ਤਾਂ 5-7 ਜਾਣੇ ਇਕੱਠੇ ਬਾਹਰ ਨਿਕਲੋ, ਗਰੁੱਪ ਬਣਾ ਕੇ ਬਾਹਰ ਨਿਕਲੋ, ਇਕੱਲਾ ਜਿਹੜਾ ਸਟੂਡੈਂਟ ਹੈ ਉਹ ਬਾਹਰ ਨਾ ਜਾਵੇ, ਅਤੇ ਸੁੰਨਸਾਨ ਅਤੇ ਸ਼ੱਕੀ ਥਾਵਾਂ ਦੇ ਉੱਪਰ ਨਾ ਜਾਇਆ ਜਾਵੇ। ਜਦੋਂ ਲੇਟ ਨਾਈਟ ਹੋ ਜਾਂਦਾ, ਯਾਨੀ ਕਿ ਜਦੋਂ ਦੇਰ ਰਾਤ ਹੋ ਜਾਂਦੀ ਹੈ, ਤਾਂ ਉਸ ਸਮੇਂ ਬਾਹਰ ਘੁੰਮਿਆ ਨਾ ਜਾਵੇ, ਅਤੇ ਘੁੰਮਣ ਤੋਂ ਜਿਹੜਾ ਥੋੜ੍ਹਾ ਜਿਹਾ ਪਰਹੇਜ਼ ਕੀਤਾ ਜਾਵੇ ਤਾਂ ਕਿ ਵਾਰਦਾਤਾਂ ਜਿਹੜੀਆਂ ਵੱਧ ਰਹੀਆਂ। ਦੱਸ ਦਈਏ ਕਿ ਅਮਰੀਕਾ ਹੋਵੇ, ਕੈਨੇਡਾ ਹੋਵੇ, ਅਮਰੀਕਾ ਤੁਹਾਨੂੰ ਸਭ ਨੂੰ ਪਤਾ ਪਹਿਲੇ ਦਿਨ ਤੋਂ ਕ੍ਰਾਈਮ ਦਾ ਸੈਂਟਰ ਪੁਆਇੰਟ ਰਿਹਾ, ਅਤੇ ਦੂਜੇ ਪਾਸੇ ਹੁਣ ਵੀ ਜਿਹੜਾ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ, ਲਗਾਤਾਰ ਕਤਲ ਹੋ ਰਹੇ ਨੇ ਅਮਰੀਕਾ ਔਰ ਕੈਨੇਡਾ ਦੇ ਵਿੱਚ। ਤਾਂ ਦੱਸ ਦਈਏ ਕਿ ਹੁਣ ਜਿਹੜਾ ਵੱਡੀ ਖਬਰ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਸਟੂਡੈਂਟ ਰਹਿ ਰਹੇ ਉਹਨਾਂ ਦੇ ਲਈ ਬਹੁਤ ਵੱਡੀ ਖਬਰ ਹੈ। ਜੋ ਇਸ ਖਬਰ ਨੂੰ ਸੁਣ ਰਿਹਾ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਅਜਿਹੀਆਂ ਖਬਰਾਂ ਜਿਹੜੀਆਂ ਨੇ, ਤੁਹਾਡਾ ਕੋਈ ਰਿਸ਼ਤੇਦਾਰ ਹੋਊਗਾ, ਤੁਹਾਡਾ ਕੋਈ ਜਾਣ ਪਛਾਣ ਦਾ, ਤੁਹਾਡਾ ਕੋਈ ਯਾਰ ਦੋਸਤ ਹੋਊਗਾ, ਤਾਂ ਦੱਸ ਦਈਏ ਕਿ ਉਸ ਨੂੰ ਵੀ ਜਿਹੜਾ ਉਸਦੀ ਵੀ ਜਿਹੜਾ ਇਹ ਜਾਣ ਦੀ ਜਿਹੜੀ ਹੈ, ਦੱਸ ਦਈਏ ਕਿ ਇੱਕ ਤੁਹਾਡੇ ਲਈ ਦੱਸ ਦਈਏ ਕਿ ਨਾਲ ਹੀ ਜਿਹੜਾ ਉਸ ਨੂੰ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਡਾ ਯਾਰ ਮਿੱਤਰ ਜੋ ਵੀ ਕੋਈ ਬਾਹਰ ਰਹਿ ਰਿਹਾ ਉਹ ਖਬਰ ਸੁਣੇ ਅਤੇ ਇਸ ਦੇ ਉੱਪਰ ਧਿਆਨ ਦੇਵੇ, ਕਿਉਂਕਿ ਬਹੁਤ ਜ਼ਿਆਦਾ ਕ੍ਰਾਈਮ ਵੱਧ ਰਿਹਾ ਅਮਰੀਕਾ ਦੇ ਵਿੱਚ। ਪਿਛਲੇ 11 ਕਤਲ ਹੋਏ ਨੇ, ਪਿਛਲੇ ਦਿਨਾਂ ਦੌਰਾਨ 11 ਕਤਲ ਹੋਏ ਨੇ ਅਮਰੀਕਾ ਦੇ ਵਿੱਚ। ਤਾਂ ਦੱਸ ਦਈਏ ਕਿ ਨਾਲ ਸ਼ੇਅਰ ਕਰੀ ਜਾਇਆ ਕਰੋ ਅਜਿਹੀ ਖਬਰ ਜਿਸ ਦੇ ਨਾਲ ਲੋਕਾਂ ਦੀ ਭਲਾਈ ਹੋ ਸਕੇ ਔਰ ਲੋਕਾਂ ਦੀ ਬੈਟਰਮੈਂਟ ਹੋ ਸਕੇ। ਤਾਂ ਦੱਸ ਦਈਏ ਕਿ ਹੁਣ ਜਿਹੜਾ ਅਮਰੀਕਾ ਦੇ ਵਿੱਚ ਸਥਿਤ ਇੰਡੀਅਨ ਅੰਬੈਸੀ ਦੇ ਵੱਲੋਂ ਵੱਡੇ ਡਿਸੀਜਨ ਲਏ ਗਏ ਨੇ, ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ, ਅਤੇ ਨਾਲ ਹੀ ਕਿਹਾ ਗਿਆ ਕਿ ਜਿਹੜਾ ਵੀ ਸਟੂਡੈਂਟ ਰਹਿ ਰਿਹਾ ਅਮਰੀਕਾ ਦੇ ਵਿੱਚ ਉਹ ਦੇਰ ਰਾਤ ਤੱਕ ਬਾਹਰ ਨਾ ਜਾਵੇ, ਉਹ ਆਪਣਾ ਜਿਹੜਾ ਹੈਗਾ ਸਮੇਂ ਸਿਰ ਬਾਹਰ ਜਾਵੇ ਅਤੇ ਸਮੇਂ ਸਿਰ ਘਰ ਆ ਜਾਵੇ, ਅਤੇ ਜੇ ਬਾਹਰ ਜਾਣਾ ਵੀ ਹੈ ਰਾਤ ਨੂੰ ਤਾਂ ਗਰੁੱਪਾਂ ਦੇ ਵਿੱਚ ਜਾਓ, ਯਾਨੀ ਕਿ 5-6 ਜਾਣੇ ਜਾਓ, ਇਕੱਲਾ ਨਾ ਜਾਵੇ। ਕੋਈ ਵੀ ਮੁੰਡਾ ਕੁੜੀ ਜੇ ਕੋਈ ਸਟੂਡੈਂਟ ਭਾਰਤੀ ਹੈ ਤਾਂ ਉੱਥੇ ਇਹ ਖਬਰ ਜ਼ਰੂਰ ਸੁਣੇ ਅਤੇ ਇਸ ਖਬਰ ਨੂੰ ਸ਼ੇਅਰ ਕਰਕੇ ਅੱਗੇ ਵਧਾਵੇ ਤਾਂ ਕਿ ਅਮਰੀਕਾ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਸ ਤੋਂ ਜਿਹੜਾ ਭਾਰਤੀ ਸਟੂਡੈਂਟ ਬਚ ਜਾਣ। ਪਿਛਲੇ ਦਿਨਾਂ ਦੌਰਾਨ 11 ਕਤਲ ਹੋਣੇ ਕੋਈ ਛੋਟੀ ਗੱਲ ਨਹੀਂ, ਤਾਂ ਦੱਸ ਦਈਏ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ।